ਇੰਨਾ ਹੀ ਹੁੰਦਾ। ਕੀ ਇੰਨਾ ਹੀ ਹੁੰਦਾ? ਕੌਣ ਹੈ ਤੂੰ? ਤੂੰ ਕੌਣ ਹੈ? ਮੈਂ ਇਸ ਘਰ ਦਾ ਮਾਲਕ। ਤੂੰ ਮਾਲਕ? ਹਾਂ। ਵੇ ਤੇਰੀ ਅਗਰ ਟਿਕਾਣੇ ਹੈ, ਤੇਰੀ ਅਗਰ ਟਿਕਾਣੇ, ਤੂੰ ਕੌਣ ਹੈ? ਨਹੀਂ ਤੂੰ ਮੈਨੂੰ ਜਾਣਦਾ ਹੀ ਨਹੀਂ। ਕੌਣ ਹੈ ਤੂੰ? ਵੇ ਆਰਾਮ ਨਾਲ ਗੱਲ ਕਰ ਵੇ। ਹੈ ਕੌਣ ਤੂੰ? ਮੈਨੂੰ ਪਤਾ ਲੱਗ ਗਿਆ, ਕੀ ਸਾਬਣ ਸ਼ੈਂਪੂ ਵੇਚਣ ਵਾਲੀ ਹੈ ਨਾ, ਬੈਗ ਬਾਹਰ ਰੱਖਿਆ ਹੋਏਗਾ। ਸਾਬਣ ਸ਼ੈਂਪੂ ਵੇਚਣ ਵਾਲੀ ਨਹੀਂ, ਸਾਬਣ ਛੁੜਾਉਣ ਵਾਲੀ। ਅੱਛਾ, ਚੋਰੀ ਕਰਨ ਆਈ ਹੈ? ਚੋਰ ਹੈ ਤੂੰ? ਚੋਰ ਬਚਾਓ, ਬਚਾਓ, ਕਿੱਥੇ ਵੱਜ ਗਈ ਜਾਨ? ਕੀ ਹੋਇਆ? ਇਹਨੇ ਮੈਂ ਛੇੜਿਆ, ਇਹਨੇ ਤੈਨੂੰ ਛੇੜਿਆ? ਪੈਸੇ ਕੱਢ। ਤੇਰੀ ਮੇਰੀ ਗੱਲ ਹੋਈ ਹੈ? ਮਰਾਸੀਆਂ ਲੱਤ ਕਟਿੰਗ ਵਜ਼ੀਰਾਂ ਵਾਲੀ ਮੈਂ ਮਾਰ ਦੇਣਾ ਇਹਨੂੰ। ਇਹ ਗੱਲ ਸੁਣ, ਕੌਣ ਹੈ? ਸੁਣਦਾ ਨਹੀਂ। ਕੌਣ ਹੈ? ਇਸ ਘਰ ਦਾ ਮਾਲਕ ਹੈ। ਚਾਚਾ ਜੀ ਤੁਸੀਂ? ਇਹਦਾ ਪਿਓ ਆ। ਐਡੀ ਸੋਹਣੀ ਧੀ ਜੰਮ ਕੇ ਵੀ ਮੈਂ ਤੁਰ ਰਹੀ ਖਾਣੇ। ਆ ਜਾਓ। ਅੱਛਾ, ਨਿਜਾਰਤਾ ਬੇਟਾ। ਇਹ ਕੀ ਗੰਦੀ ਹਰਕਤ ਹੈ, ਸਾਫ ਕਰ ਹੱਥ, ਮੈਂ ਥੁੱਕ ਲਾਈ ਸੀ। ਸਾਦਾ ਮਾਰ ਤਾਂ ਠੀਕ ਹੈ, ਉਹ ਮਜ਼ਾ ਨਹੀਂ ਆਇਆ। ਆਓ ਜ਼ਰਾ ਜਲਦੀ ਆ ਜਾ। ਚਾਚਾ ਤੈਨੂੰ ਕੀ ਸ਼ੌਕ ਪਾਇਆ ਹੋਇਆ? ਸਾਡਾ ਵੱਡਾ ਨੇ ਤੇ ਮਾਰਨਾ ਬਹੁਤ ਸੀ ਤੈਨੂੰ। ਕੌਣ ਹੈ? ਇਹ ਤੇਰਾ ਮੰਗੇਤਰ ਹੈ। ਮੂਦਾ? ਮੂਦਾ? ਓ ਨਹੀਂ, ਸਾਦਾ ਮਹਿਮੂਦ ਮੂਦਾ। ਅੱਛਾ ਅੱਛਾ, ਤੇਰਾ ਬਚਪਨ ਦਾ ਮੰਗੇਤਰ ਆ। ਆ ਮੇਰੀ ਧੀ ਬੋਸ ਕੀ ਬੋਸ, ਤੇਰੀ ਮੇਰੀ ਸ਼ਾਦੀ ਹੋਣੀ ਹੈ। ਇੱਧਰ ਆ। ਕੈਸੀ ਆ? ਚਾਚਾ ਮੈਂ ਕੋਈ ਗਾਹਕ ਤੇ ਨਹੀਂ ਨਾ। ਤੇਰੀ ਮੇਰੀ ਸ਼ਾਦੀ ਹੋਣੀ ਹੈ। ਲੱਤਾਂ ਤੇਰੀਆਂ, ਦੋਸਤ ਬੁਲਾਇਆ ਤੇ ਮੁੜ ਕੇ ਬਹਿ ਕੇ ਕਰੇਗੀ ਕੋਈ ਨਹੀਂ। ਬਸ ਅੱਜ ਨਿਕਾਹ ਹੈ ਤੇਰਾ ਮੇਰਾ, ਤੇਰਾ ਮੇਰਾ। ਹਾਂ ਜੀ, ਤਿਆਰੀ ਫੜ ਲੈ। ਕਰ ਦੇਣਾ, ਮੈਂ ਚਾਹਨਾ ਪੁੱਤ ਸਿਰ ਤੋਂ ਬੋਝ ਲਾਹ ਦਿਆਂ। ਲੱਗ ਗਿਆ, ਲੱਗ ਗਿਆ। ਠੀਕ ਆ, ਤੂੰ ਤਿਆਰੀ ਫੜ ਫੜ ਲਈ? ਤੂੰ ਵੀ ਪੁੱਤ ਤਿਆਰੀ ਫੜ। ਚਾ ਮੈਂ ਤਿਆਰ ਹੋ ਕੇ ਆਂ। ਜ਼ਿਆਦਾ ਨਾ ਤਿਆਰੀ ਫੜੀ। ਕਿਉਂ? ਮੇਰੇ ਕੋਲ ਉਨੀ ਫੜੀ ਨਹੀਂ ਜਾਣੀ, ਬਸ ਇੰਨਾ ਹੀ ਆਈ। ਆ ਜਾ, ਆ ਜਾਓ, ਆ ਜਾਓ। ਰਸੀ ਮਾ ਸਕੇ ਬਾਈ ਜੀ, ਇਹ ਨੌਕਰਾਂ ਦਾ ਹੱਕ ਹੁੰਦਾ ਹੈ। ਇਹ ਜਿਹੜਾ ਲੁੱਟਣਗੇ ਉਹਦਾ ਹੀ ਹੁੰਦਾ ਹੈ। ਕਿ ਤੂੰ ਡਾੜਾ ਹੈ? ਉਹ ਛੱਡ ਦੇ, ਮੈਂ ਪਿੰਡ ਵੀ ਲੁੱਟ ਲੈਂਦਾ ਸੀ। ਅੱਜ ਤੇਰਾ ਵਿਆਹ ਹੈ? ਅੱਛਾ ਜੀ, ਆ ਵੇਖਣਾ ਅੱਜ ਬਾਕੀ ਦੋ ਘੋੜਾ ਪੋਸਤੀ ਲੱਗਣ ਦੇ ਹੀ ਆ। ਕੋਈ ਗੱਲ ਨਹੀਂ, ਮੈਂ ਇੱਕ ਘੋੜਾ ਅੱਜ ਕੱਢ ਲੈਣਾ ਵਿੱਚੋਂ। ਬਾਈ ਜੀ, ਹਾਂਜੀ, ਅਸੀਂ ਕੁੜੀ ਨੂੰ ਫੁੱਲਾਂ ਵਾਂਗੂ ਪਾਲਿਆ। ਮੈਂ ਪਾਣੀ ਲਾਉਂਦਾ ਰਹਾਂਗਾ। ਨਹੀਂ, ਕਹਿਣ ਦਾ ਮਤਲਬ ਹੈ ਇਹਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਦੇਣਾ। ਹਲਕੀ ਨਹੀਂ ਤੇ ਹੋਏਗੀ। ਚਾਹ ਪਾਣੀ ਹੋਇਆ? ਕਿਉਂ ਜੀ, ਮੈਂ ਵਿੱਚ ਬੈਠਾਂਗਾ ਤੇ ਸਾਰਿਆਂ ਨਿਕਾਹ ਹੋਏਗਾ ਨਾ। ਅੱਛਾ 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 ਅੱਛਾ, ਸਮਝ ਆ ਗਈ ਗੱਲ ਦੀ। ਹਾਂਜੀ, ਕੁੜੀ ਕਿਸੇ ਦੀ, ਮੁੰਡਾ ਕਿਸੇ ਦਾ, ਤੁਸੀਂ ਵਿੱਚ। ਗਰੁੱਪ ਫੋਟੋ ਵੀ ਲਵਾ ਲਓ, ਐਸਐਮ ਨੂੰ ਖਾਤੇ ਕੇ ਨਾ। ਹਾਂ, ਐਸਐਮ ਗਰੁੱਪ ਫੋਟੋ। ਆਜ ਹਮਾਰੇ ਲਈ ਬੜੇ ਗਰਵ ਕੀ ਬਾਤ ਹੈ ਕਿ ਮਿਸਟਰ ਰਾਮ ਸ਼ਰਨ ਪਾਂਡੇ ਕੀ ਬੇਟੀ ਕੀ ਸ਼ਾਦੀ ਹੋ ਰਹੀ ਹੈ। ਅਗਰ ਆਪ ਇਜਾਜ਼ਤ ਦੇ ਤੋ ਮੈਂ ਘਰ ਕੇ ਸਦਸਯੋ ਸੇ ਆਪਕਾ ਤਾਰਫ ਕਰਾ ਦੂੰ। ਜੀ ਜੀ, ਕਰਾ। ਮਿਸਟਰ ਰਾਮ ਸ਼ਰਨ ਪਾਂਡੇ, ਯੇ ਉਨਕੀ ਬੇਟੀ ਪ੍ਰੀਤੀ, ਮਿਸਟਰ ਮੁਰਲੀ ਪ੍ਰਸਾਦ ਸ਼ਰਮਾ, ਔਰ ਯੇ ਮੇਰਾ ਸਾਲਾ ਰਾਹੁਲ, ਉਹ ਬਿਗ ਬੌਸ ਮੇ ਹੈ। ਐ ਇਨਕੀ ਮਾਤਾ ਪਦਮਨੀ ਓਲਾਪੁਰੀ, ਯੇ ਪਾਂਡੇ ਜੀ ਕੇ ਛੋਟੇ ਬੇਟੇ ਟੈਡੀ ਪਾਂਡੇ। ਡੈਡੀ ਪਾਂਡੇ ਹਰਾਮ ਦੇ। ਮੇਰੇ ਘਰ ਦਾ ਮੁਲਾਜ਼ਮ ਲਕਸ਼ਮਣ, ਔਰ ਆਪ ਪੰਡਿਤ ਰਾਮ ਲਾਲ।
ਪੂਰੀ ਫੈਮਿਲੀ ਬਗੈਰਤਾਂ ਦੀ ਲੱਗੀ ਹੈ। ਸਾਰੀਆਂ ਗੱਲਾਂ ਛੱਡ ਦਿਓ, ਅਜਿਹਾ ਚੈੱਕ ਕਰੋ, 9 ਨੰਬਰ ਸਾਈਕਲ ਆ ਗਿਆ। मछली खा बैठी हूं। एक मिनट, मैं आया। उन्हें मछली खाती है, मैं डोले खा दे। आओ जरा। ਮੀਮ ਨਾਲ ਹੀ ਹੁੰਦਾ ਨਾ? ਨਹੀਂ, ਤੁਹਾਡੀ ਭੈਣ ਸ਼ਮੀਮ ਨਾਲ ਹੁੰਦਾ। ਆਪਣਾ ਮੁੱਦਾ ਵਲਦ ਚੰਦ ਨਾਮ ਲੂ ਮਸੱਲਾ ਅਪਰਾਧ। ਸੀਡੀ ਫਸ ਗਈ ਤੇਰੀ। ਵਲਦ ਬਸ਼ੀਰ ਤੁਹਾਨੂੰ ਕਬੂਲ ਕਬੂਲ ਇਹ ਬੱਚੀ ਦੇ ਝਾਕੇ ਪਹਿਲੇ ਹੀ ਉਤਰੇ। ਮੁਬਾਰਕ ਹੋਵੇ ਜੀ। ਆਪਣਾ ਗੱਲ ਸੁਣੋ ਭਾਈ ਜੀ, ਮੇਰੀ ਇੱਕ ਗੱਲ ਸੁਣੋ ਜੀ ਜੀ। ਆਪਣਾ ਇਸ ਕੰਮ ਦੀ ਕੋਈ ਫੀਸ ਵੀ ਹੁੰਦੀ ਹੈ? ਵਿੱਚ ਲਿਖ ਲਓ, ਫੀਸ ਨਹੀਂ ਮਿਲੀ। ਫੀਸ ਨਹੀਂ ਮਿਲੀ। ਆ ਬਈ ਜਵਾਨਾ। ਦਰਵੇਸ਼ ਰਾਮ ਨੇ ਭਰਾ ਹੈਗਾ ਤੇ ਕਰਾ ਮੇਰੇ ਕੋਲੋਂ।
ਸਾਡਾ ਵੀ ਇੱਥੇ ਦਾ ਲੱਗਦਾ ਪਿੱਛੇ ਇਸ ਤਰ੍ਹਾਂ ਬਹਿੰਦੀ ਜਿਸ ਤਰ੍ਹਾਂ ਦੀ ਮਾਂ ਨੂੰ ਸਿਗਟਾਂ ਤੇ ਮੈਂ ਲਾਇਆ ਵੇਆ ਤੇਰੀ ਵੀ ਮਾਂ ਆਈ ਉਹ ਤਾਂ ਨੀ ਪੀਂਦੀ ਤੈਨੂੰ ਮੈਂ 1.5 ਸਾਲ ਬਾਅਦ ਗਾਮਾ ਬਣਾਉਣਾ ਔਰ ਜਿਸ ਤਰ੍ਹਾਂ ਤੇਰੀ ਭੈਣ ਹੈ ਨਾ ਮੇਰੇ ਘਰ ਵਾਲਾ ਮੁੰਡਾ ਕਿਸ ਤਰ੍ਹਾਂ ਦਾ ਹੋਣਾ ਚਲੋ ਮਾਮੂ ਕੋ ਸ਼ਾਮ ਕਰੋ ਚਲੋ ਸੋਹਣੀ ਆ ਤੂੰ ਵੀ ਖੂਬਸੂਰਤ ਆ ਪੁੱਤਰ ਮਨ ਚਾਨਣ ਕਾ ਵੀ ਹੋ ਜਾਣਾ ਈ ਕੋਈ ਗੱਲ ਨੀ ਸਾਨੂੰ ਨਜ਼ਰ ਨੀ ਲੱਗੇਗੀ ਅੱਛਾ ਯਾਰ ਤੇਰੀ ਭੈਣ ਨੂੰ ਵੀ ਸੱਦ ਲਈਏ ਫਿਲਮ ਸ਼ੁਕਰ ਕਰਿਆ ਕਰ ਡਰਾਮੇ ਜਾ ਗਏ ਐਡੀ ਸੋਹਣੀ ਕੁੜੀ ਦੇ ਕੋਲ ਖਲੋਤਾ ਨਹੀਂ ਤੇ ਤੂੰ ਚਨੋੜ ਕੇਲੇ ਵੇਚਣੇ ਸੀ ਚਿਤਰੀ ਵਾਲੇ ਤੂੰ ਤੇ ਫੈਸਲਾ ਬਾਦ ਡਾਕਟਰ ਸੀ ਨਾ ਮੈਂ ਡਾਕਟਰ ਸਾਂ ਸਾਰੀਆਂ ਗੱਲਾਂ ਛੱਡ ਦੇ ਜ਼ਰਾ ਆਪਣੀ ਭੈਣ ਦੇ ਦੇ ਇਹ ਤੈਨੂੰ ਮਿੰਟ ਬਾਅਦ ਕਾਣੋ ਪਾਈ ਜਾਂਦੀ ਭਾਈ ਜਾਨ ਸ਼ਰਮ ਕਰੋ ਅਸੀਂ ਵੀ ਫਿਲਮ ਤੇ ਚੱਲੇ ਮੈਂ ਵੀ ਪ੍ਰੋਗਰਾਮ ਬਣਾਇਆ ਅੱਛਾ ਜੀ ਹਾਂਜੀ